ਇਹ ਹੈ ਸੀਨੀਅਰ ਸੈਕੰਡਰੀ ਸਕੂਲ ਨੰਗਲ ਅੰਬੀਆਂ ਜਿੱਥੇ ਟੀਚਰ ਮੋਬਾਈਲ ਟਾਰਚ ਦੀ ਮਦਦ ਦੇ ਨਾਲ ਬੱਚਿਆਂ ਨੂੰ ਪੜ੍ਹਾ ਰਹੀ ਹੈ। ਦੂਜੇ ਪਾਸੇ ਸਰਕਾਰੀ ਐਲੀਮੈਂਟਰੀ ਸਕੂਲ ਬੁੱਧਨਵਾਲ ਦੇ ਵਿੱਚ ਵੀ ਇਹੀ ਨਜ਼ਾਰਾ। ਜੇਕਰ ਥੋੜ੍ਹਾ ਹੋਰ ਅੱਗੇ ਵਧੀਏ ਤਾਂ ਇਲਾਕੇ ਦੇ ਟੰਡੋਵਾਲ ਸਕੂਲ ਦੇ ਵਿੱਚ ਵੀ ਅਧਿਆਪਕ ਹਨੇਰੇ ਦੇ ਵਿੱਚ ਕੰਮ ਕਰਨ ਦੇ ਲਈ ਮਜਬੂਰ ਨੇ ਜਾਂ ਫਿਰ ਬੱਚਿਆਂ ਨੂੰ ਬਾਹਰ ਬਿਠਾ ਕੇ ਪੜ੍ਹਾ ਰਹੇ ਨੇ। ਇਸ ਦੀ ਵਜ੍ਹਾ ਹੈ ਇਹਨਾਂ ਸਕੂਲਾਂ ਦੇ ਵਿੱਚ ਬਿਜਲੀ ਨਾ ਆਉਣਾ। ਜਲੰਧਰ ਦੇ ਸ਼ਾਹਕੋਟ ਦੇ ਵਿੱਚ ਪੈਂਦੇ ਕਰੀਬ 16 ਸਰਕਾਰੀ ਸਕੂਲਾਂ ਦੇ ਬਿਜਲੀ ਦੇ ਕਨੈਕਸ਼ਨ ਕੱਟ ਦਿੱਤੇ ਗਏ ਨੇ, ਜਿਸ ਕਾਰਨ ਕਾਫੀ ਸਮੇਂ ਤੋਂ ਬਿੱਲ ਦੀ ਅਦਾਇਗੀ ਨਾ ਕਰਨਾ ਦੱਸਿਆ ਜਾ ਰਿਹਾ ਹੈ। ਇਹਨਾਂ ਸਕੂਲਾਂ ਦੇ ਵਿੱਚ ਸੀਨੀਅਰ ਸੈਕੰਡਰੀ, ਮਿਡਲ ਤੇ ਪ੍ਰਾਇਮਰੀ ਸਕੂਲ ਸ਼ਾਮਿਲ ਨੇ। ਬੱਚਿਆਂ ਨੂੰ ਹਨੇਰੇ ਵਿੱਚ ਪੜ੍ਹਨਾ ਪੈਂਦਾ, ਟੀਚਰ ਮੋਬਾਈਲ ਦੀ ਲਾਈਟ ਜਗਾ ਕੇ ਕੰਮ ਕਰਾ ਰਹੇ ਆ, ਸਕੂਲੇ ਬਾਹਰ ਬੱਚਿਆਂ ਨੂੰ ਲੈ ਕੇ ਜਾਣਾ ਪੈਂਦਾ, ਅੰਦਰ ਕਲਾਸਾਂ ਵਿੱਚ ਨਹੀਂ ਬਿਠਾਇਆ ਜਾ ਰਿਹਾ। ਇਹੀ ਡਿਮਾਂਡ ਆ ਵੀ ਸਾਡਾ ਕਨੈਕਸ਼ਨ ਜਲਦੀ ਤੋਂ ਜਲਦੀ ਲਗਵਾਇਆ ਜਾਵੇ। ਅਸੀਂ ਮਹੀਨਾ ਡੇਢ ਮਹੀਨਾ ਪਹਿਲੇ ਆਪਣਾ ਬਿੱਲ ਦਫ਼ਤਰ ਨੂੰ ਦੇ ਦਿੱਤਾ ਸੀਗਾ, ਜਿਹੜਾ 6-7 ਹਜ਼ਾਰ ਦੇ ਗਰੀਬ ਸੀ, ਅਤੇ ਡੇਢ ਸਾਲ ਹੋ ਗਿਆ ਮੈਨੂੰ ਲੱਗਦਾ ਸਾਡਾ ਬਿੱਲ ਨਹੀਂ ਸੀ ਪੇ ਹੋਇਆ, ਅਤੇ ਅਚਾਨਕ ਸਾਨੂੰ ਤਾਂ ਉਸ ਅਗਲੇ ਦਿਨ ਪਤਾ ਲੱਗਿਆ ਵੀ ਸਾਡੀ ਕੱਟ ਹੋ ਗਿਆ ਮੀਟਰ। ਅਤੇ ਸਾਡੇ ਟੀਚਰ ਵਾ ਜਿਹੜੇ ਆਪਣੇ ਮੋਬਾਈਲ ਦੀ ਵਰਤੋਂ ਵੀ ਕਰ ਰਹੇ ਆ, ਵੀ ਜਿਹਦੇ ਨਾਲ ਬੱਚਿਆਂ ਨੂੰ ਪੜ੍ਹਾ ਰਹੇ ਆ, ਵੀ ਮੋਬਾਈਲ ਦੀਆਂ ਥੋੜ੍ਹੀ ਸਾਡੀਆਂ ਜਿਹੜੀਆਂ ਬੈਟਰੀਆਂ ਵੀ ਸਮਝ ਲਓ ਡਾਊਨ ਹੀ ਹੋ ਗਈਆਂ ਵਾ। ਅਤੇ ਕਹਿਣ ਦਾ ਭਾਵ ਆ ਵੀ ਸਾਨੂੰ ਵਿਭਾਗ ਕੋਲੋਂ ਬੇਨਤੀ ਕਰਦੇ ਹਾਂ ਵੀ ਸਾਡੇ ਸਕੂਲਾਂ ਦੇ ਕਨੈਕਸ਼ਨ ਬਹਾਲ ਕੀਤੇ ਜਾਣ ਅਤੇ ਬੱਚਿਆਂ ਨੂੰ ਅਸੀਂ ਸੁਚੱਜੇ ਢੰਗ ਨਾਲ ਪੜ੍ਹਾ ਸਕੀਏ। ਸਾਡੇ ਸਕੂਲ ਦਾ ਜਿਹੜਾ ਬਿਜਲੀ ਕਨੈਕਸ਼ਨ ਜਿਹੜਾ ਆ ਉਹ ਪਰਸੋਂ ਤੋਂ ਕੱਟਿਆ ਹੋਇਆ, ਜਿਹਦਾ ਮੇਨ ਕਾਰਨ ਬਿਜਲੀ ਦਾ ਬਿੱਲ ਨਾ ਤਾਰਨਾ। ਅਸੀਂ ਸਿੱਖਿਆ ਵਿਭਾਗ ਨੂੰ ਜਿਹੜਾ ਆ ਉਹ ਬਿੱਲ ਜਿਹੜਾ ਭੇਜਿਆ ਸੀ, ਪਰ ਉਹਨਾਂ ਵੱਲੋਂ ਇਹ ਬਿੱਲ ਜਿਹੜਾ ਨਹੀਂ ਤਾਰਿਆ ਗਿਆ, ਜਿਹਦੇ ਕਾਰਨ ਬਿਜਲੀ ਵਿਭਾਗ ਨੇ ਸਾਡਾ ਜਿਹੜਾ ਸਕੂਲ ਦਾ ਕਨੈਕਸ਼ਨ ਆ ਉਹ ਕੱਟ ਦਿੱਤਾ। ਲਗਭਗ 45,000 ਤੋਂ ਸਾਡੇ ਸਕੂਲ ਦੀ ਜਿਹੜੀ ਅਮਾਊਂਟ ਆ ਉਹ ਪੈਂਡਿੰਗ ਆ, ਲਗਭਗ ਅਗਸਤ 2021 ਤੋਂ ਜਿਹੜਾ ਸਾਡੇ ਸਕੂਲ ਦਾ ਬਿੱਲ ਜਿਹੜਾ ਨਹੀਂ ਤਰਿਆ। ਸਕੂਲਾਂ ਦੇ ਬਿਜਲੀ ਦੇ ਕਨੈਕਸ਼ਨ ਕੱਟੇ ਜਾਣ ਤੋਂ ਬਾਅਦ ਜਿੱਥੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ, ਉੱਥੇ ਹੀ ਪਾਣੀ ਦੀ ਵੀ ਸਮੱਸਿਆ ਪੈਦਾ ਹੋ ਰਹੀ ਹੈ। ਮੋਟਰ ਨਾ ਚੱਲਣ ਕਾਰਨ ਪੀਣ ਵਾਲੇ ਪਾਣੀ ਦੇ ਨਾਲ ਨਾਲ ਹੋਰ ਕੰਮਾਂ ਦੇ ਲਈ ਵੀ ਪਾਣੀ ਦੀ ਸਮੱਸਿਆ ਵੀ ਖੜੀ ਹੋ ਗਈ ਹੈ। ਬੱਚਿਆਂ ਨੂੰ ਬੜੀਆਂ ਦਿੱਕਤਾਂ ਆ ਰਹੀਆਂ ਨੇ, ਜਿੱਦਾਂ ਬੱਚੇ ਛੋਟੇ ਆ, ਪ੍ਰਾਇਮਰੀ ਦੇ ਬੱਚੇ ਆ, ਤਾਂ ਬਾਰ ਬਾਰ ਪਾਣੀ ਜਿੱਦਾਂ ਵਾ ਟੈਂਕੀ ਖਤਮ ਹੋ ਚੁੱਕੀ ਹੈ ਕਿਉਂਕਿ, ਅਤੇ ਉਹਦੇ ਕਰਕੇ ਮਤਲਬ ਬੱਚਿਆਂ ਨੂੰ ਬੜੀ ਦਿੱਕਤ ਆ ਰਹੀ ਹੈ, ਪਾਣੀ ਨਹੀਂ ਮਤਲਬ ਮਿਲ ਰਿਹਾ। ਅਤੇ ਉਸ ਤੋਂ ਬਾਅਦ ਕਲਾਸਰੂਮਸ ਦੇ ਵਿੱਚ ਬੜਾ ਹਨੇਰਾ ਹੈ, ਜਿਹਦੇ ਕਰਕੇ ਪੜ੍ਹਾਈ ਜਿਹੜੀ ਆ ਪ੍ਰੋਪਰ ਤਰੀਕੇ ਨਾਲ ਨਹੀਂ ਹੋ ਪਾ ਰਹੀ। 3 ਦਿਨ ਹੋ ਗਏ ਬਿਜਲੀ ਦਾ ਕਨੈਕਸ਼ਨ ਕੱਟਿਆ ਹੋਇਆ ਆ, ਅਤੇ ਤਾਂ ਕਰਕੇ ਵੀ ਮੋਟਰ ਨਹੀਂ ਚੱਲਦੀ ਤਾਂ ਪਾਣੀ ਦੀ ਬਹੁਤ ਜ਼ਿਆਦਾ ਦਿੱਕਤ ਆ, ਅਤੇ ਸਾਨੂੰ ਖਾਣਾ ਬਣਾਉਣ ਨੂੰ ਵੀ ਜਾਣ ਕੇ ਪਾਣੀ ਦੀ ਜ਼ਿਆਦਾ ਲੋੜ ਹੁੰਦੀ ਹੈ, ਅਤੇ ਬਰਤਨ ਸਾਫ਼ ਕਰਨ ਨੂੰ ਵੀ ਜ਼ਿਆਦਾ ਲੋੜ ਆ, ਤਾਂ ਕਰਕੇ ਸਾਨੂੰ ਬਹੁਤ ਜ਼ਿਆਦਾ ਵੀ ਔਖਾ ਬਣਾਉਣਾ ਪੈਂਦਾ ਆ। ਬੱਚਿਆਂ ਦੇ ਟੈਸਟ ਚੱਲ ਰਹੇ ਆ, ਇਸ ਕਰਕੇ ਸਾਨੂੰ ਪਾਣੀ ਦੀ ਸਮੱਸਿਆ ਆ ਰਹੀ ਹੈ, ਕਮਰਿਆਂ ਦੇ ਵਿੱਚ ਹਨੇਰਾ ਹੈ, ਮਿਡ ਡੇ ਮੀਲ ਦੇ ਵਿੱਚ ਬੜੀ ਸਮੱਸਿਆ ਆ ਰਹੀ ਹੈ, ਅਤੇ ਇਸ ਕਰਕੇ ਸਾਨੂੰ ਕਈ ਵਾਰ ਪਾਣੀ ਜਿਹੜਾ ਅਸੀਂ ਕੋਈ ਵਾਟਰ ਕੂਲਰਾਂ ਨਾਲ ਗੁਰਦੁਆਰਾ ਸਾਹਿਬ ਤੋਂ ਜਾਂ ਕਿਸੇ ਦੇ ਘਰੋਂ ਵੀ ਲੈ ਰਹੇ ਹਾਂ। ਬੱਚਿਆਂ ਲਈ ਇਹ ਬਹੁਤ ਵੱਡੀ ਪ੍ਰੋਬਲਮ ਕਿਉਂਕਿ ਇੰਨੇ ਘੰਟੇ ਰਹਿਣਾ, 6-6.5 ਘੰਟੇ ਸਕੂਲ ਦੇ ਵਿੱਚ ਰਹਿਣਾ, ਔਰ ਇਹਨਾਂ ਚੀਜ਼ਾਂ ਦੀ ਸਾਨੂੰ ਬੇਸਿਕ ਨੀਡ ਹੈ ਕਿ ਪਾਣੀ ਹੋਏਗਾ ਤਾਂ ਫਿਰ ਹੀ ਬੱਚੇ ਵਾਸ਼ਰੂਮ ਜਾਣਗੇ ਜਾਂ ਪਾਣੀ ਪੀਣਗੇ। ਖਾਣਾ ਬਣਾਉਣ ਦੇ ਵਿੱਚ ਹੀ ਬਹੁਤ ਵੱਡੀ ਸਮੱਸਿਆ ਆਇਆ ਕਿ ਪਾਣੀ ਤੋਂ ਬਗੈਰ ਤਾਂ ਹੁੰਦਾ ਹੀ ਨਹੀਂ ਹੈ। ਕਾਰਨ ਇਹ ਹੈ ਕਿ ਪਿਛਲੇ ਪਹਿਲੇ ਸਮਿਆਂ ਵਿੱਚ ਤਾਂ ਅਸੀਂ ਆਪਣੇ ਕੋਲੋਂ ਟੀਚਰ ਵੀ ਅਦਾ ਕਰਦੇ ਰਹੇ, ਬੱਚਿਆਂ ਕੋਲੋਂ ਲੈ ਕੇ ਵੀ ਅਦਾ ਕਰਦੇ ਰਹੇ, ਲੇਕਿਨ ਪਿੱਛੇ ਇੱਕ ਵਿਧਾਨ ਸਭਾ ਕੁਐਸਚਨ ਦੇ ਤਹਿਤ ਸਰਕਾਰ ਨੇ, ਕੈਪਟਨ ਸਰਕਾਰ ਦੇ ਸਮੇਂ 'ਚ ਆਇਆ ਸੀ, ਉਹਨਾਂ ਨੇ ਸਰਕਾਰ ਨੇ ਕਿਹਾ ਅਸੀਂ ਜਿਹੜੇ ਬਿਜਲੀ ਦੇ ਬਿੱਲ ਹੈ ਉਹਦੀ ਅਦਾਈ ਕਰਿਆ ਕਰਾਂਗੇ। ਇਸ ਕਰਕੇ ਉਹ ਜਿਹੜੇ ਮੁੜ ਕੇ ਹੋਇਆ ਕਿ ਪੂਰਾ ਵਾਈਟ ਨਹੀਂ ਆਉਂਦਾ ਰਿਹਾ, ਉਹਦੇ ਵਿੱਚੋਂ ਪੈਸੇ ਘੱਟ ਜਾਂਦੇ ਸੀ, ਅਤੇ ਪੈਂਡੈਂਸੀ ਜਿਹੜੀ ਸੀ ਬਿੱਲਾਂ ਦੀ ਉਹ ਅੱਗੇ ਦੀ ਅੱਗੇ ਚੱਲਦੀ ਰਹੀ, ਅਤੇ ਹੁਣ ਇਸ ਵੇਲੇ ਕਈ ਸਕੂਲ ਇਸ ਤਰ੍ਹਾਂ ਦੇ ਵੀ ਜਿਨ੍ਹਾਂ ਦੀ ਪੈਂਡੈਂਸੀ ਲਗਭਗ 50,000 ਦੇ ਕਰੀਬ ਪਹੁੰਚ ਗਈ ਹੈ, ਅਤੇ ਐਤਕੀ ਵੀ ਹੁਣ ਸਾਡੀ ਜਿਹੜੀ ਟੋਟਲ ਪੈਂਡੈਂਸੀ ਦੇਖੀ ਹੈ ਸਕੂਲਾਂ ਦੀ ਅਤੇ ਲਗਭਗ 5 ਲੱਖ ਰੁਪਏ ਦੇ ਕਰੀਬ ਹੈ, ਲੇਕਿਨ ਸਾਨੂੰ ਜਿਹੜਾ ਵਾਈਟ ਆਇਆ 2,17,000 ਆਇਆ, ਅਤੇ ਅਸੀਂ ਬੜੀ ਜਲਦੀ 2-4 ਦਿਨਾਂ ਵਿੱਚ ਜਿਹੜਾ ਇਹ ਬਿੱਲ ਜਿਹੜੇ ਉਤਾਰ ਦੇਣੇ ਆ, ਬਿੱਲ ਬਣ ਰਿਹਾ ਖਜ਼ਾਨੇ 'ਚੋਂ ਪਾਸ ਕਰਾ ਕੇ ਖਾਤੇ 'ਚ ਬਿਜਲੀ ਬੋਰਡ ਚੱਲ ਜਾਏਗਾ, ਅਤੇ ਉਮੀਦ ਹੈ ਕਿ ਸੋਮਵਾਰ ਤੱਕ ਜਿਹੜੇ ਕਨੈਕਸ਼ਨ ਵੀ ਜੁੜ ਜਾਣਗੇ। ਸ਼ਾਹਕੋਟ ਤੋਂ ਬਿਊਰੋ ਰਿਪੋਰਟ, NC7 ਨਿਊਜ਼।